ਸ਼੍ਰੀਕਾ ਦੋਸਤੋ ਮੈਂ ਤੁਹਾਡਾ ਆਪਣਾ ਲਖਵਿੰਦਰ ਸਿੰਘ ਵਿੱਚ ਸੀਬੀਐਮ ਮੈਡੀਕਲ ਸੈਂਟਰ ਸਿਵਲ ਲਾਈਨ ਲੁਧਿਆਣਾ ਤੋਂ ਦੋਸਤੋ ਤੁਸੀਂ ਦੇਖਿਆ ਹੈ ਕਿ ਅੱਜ ਕੱਲ੍ਹ ਮੋਟਾਪਾ ਕਿੰਨਾ ਵੱਧਦਾ ਜਾ ਰਿਹਾ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੈਸੇ ਖਾਣ ਪੀਣ ਐਵੇਂ ਦਾ ਹੈ ਕਿ ਸਾਡਾ ਖਾਣ ਪੀਣ ਬਹੁਤ ਵਧੀਆ ਹੈ ਕੰਮ ਸਾਡੇ ਐਵੇਂ ਦੇ ਨੇ ਕਿ ਸਿਟਿੰਗ ਜੋਬ ਹੈ ਸੋ ਕਈ ਵਾਰੀ ਕੀ ਹੁੰਦਾ ਹੈ ਕਿ ਕਿਸੇ ਨੂੰ ਮੋਟਾਪਾ ਹੋ ਜਾਂਦਾ ਹੈ ਜਾਂ ਕੋਈ ਜ਼ਿਆਦਾ ਖਾ ਲੈਂਦੇ ਨੇ ਸਿਆਲ ਦੇ ਵਿੱਚ ਜ਼ਿਆਦਾ ਹੋ ਜਾਂਦਾ ਤੁਹਾਨੂੰ ਪਤਾ ਹੀ ਆਮ ਕਰਦਾ ਹੀ ਜਾਂਦਾ ਹੈ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਪੇਸ਼ੈਂਟ ਜਾਂ ਕੋਈ ਵੀ ਕਲਾਇੰਟ ਹੁੰਦਾ ਹੈ ਜਾਂ ਕੋਈ ਵੀ ਹੁੰਦਾ ਉਹਨੂੰ ਸੈਰ ਨਹੀਂ ਕੀਤੀ ਜਾਂਦੀ ਉਦੋਂ ਕਿਉਂਕਿ ਟਾਈਮ ਥੋੜਾ ਹੁੰਦਾ ਹੈ ਸੋ ਇਸੇ ਮੱਦੇਨਜ਼ਰ ਅੱਜ ਸਾਡੇ ਕੋਲ ਇੱਕ ਜ਼ਰੋਨਾ ਲੇਜ਼ਰ ਥੈਰੇਪੀ ਹੈ ਜੀ ਜਿਹਨਾਂ ਕੋਲ ਜਿਹਨਾਂ ਨੂੰ ਮੋਟਾਪਾ ਹੈਗਾ ਜਿਹੜੇ ਸੈਰ ਵਗੈਰਾ ਨਹੀਂ ਕਰ ਸਕਦੇ ਜ਼ਰੋਨਾ ਲੇਜ਼ਰ ਥੈਰੇਪੀ ਹੈ ਜੀ FDA ਪ੍ਰਮਾਣਿਤ ਹੈ ਜੀ USA ਦੀ ਤਕਨੀਕ ਹੈ ਜੀ ਇਹ ਸੇਫ ਤਕਨੀਕ ਹੈ ਜੀ ਇਹ ਬਿਲਕੁਲ ਸੇਫ ਕੋਈ ਬ੍ਰੇਕ ਨਹੀਂ ਹੈਗਾ ਕੋਈ ਐਨਸਥੀਸੀਆ ਨਹੀਂ ਹੈਗਾ ਕੋਈ ਇਹਦੇ ਵਿੱਚ ਹਾਸਪਿਟਲ ਸਟੇ ਹੋਣ ਦੀ ਲੋੜ ਨਹੀਂ ਹੈਗੀ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਸੋ ਕਿੰਨਾ ਕਿੰਨਾ ਦਾ ਹੋ ਸਕਦਾ ਹੈ ਮੋਟਾਪਾ ਕਿਵੇਂ ਹੋ ਸਕਦਾ ਖਾਣ ਪੀਣ ਨਾਲ ਹੋ ਸਕਦਾ ਕਈ ਵਾਰੀ ਥਾਇਰਾਇਡ ਜ਼ਿਆਦਾ ਵੱਧ ਜਾਏ ਤੇ ਉਹਦੇ ਨਾਲ ਵੀ ਮੋਟਾਪਾ ਹੋ ਸਕਦਾ ਹੈ ਜ਼ਰੋਨਾ ਲੇਜ਼ਰ ਥੈਰੇਪੀ ਕਰਾਉਣ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਕੰਸਲਟ ਕਰਕੇ ਕੁਛ ਬਲੱਡ ਟੈਸਟ ਹੁੰਦੇ ਨੇ ਜਿਵੇਂ ਥਾਇਰਾਇਡ ਵਗੈਰਾ ਹੋ ਗਈ ਇਹਨਾਂ ਦਾ BMI ਚੈੱਕ ਕੀਤਾ ਜਾਂਦਾ ਹੈ ਹਾਈਟ ਚੈੱਕ ਹੁੰਦੀ ਵੇਟ ਚੈੱਕ ਕੀਤਾ ਜਾਂਦਾ ਹੈ ਸਾਰੇ ਟੈਸਟ ਕਰਨ ਤੋਂ ਬਾਅਦ ਡਾਕਟਰ ਸਾਹਿਬ ਡਿਸਾਈਡ ਕਰਦੇ ਨੇ ਇਹਨਾਂ ਨੂੰ ਕਿੰਨੀਆਂ ਸੀਟਿੰਗ ਲੱਗਣੀਆਂ ਨਾਰਮਲੀ ਜਿਹੜੀਆਂ ਨੇ ਇਹ 9 ਸੀਟਿੰਗ ਹੁੰਦੀਆਂ ਨੇ ਜੀ ਡਿਪੈਂਡ ਕਰਦਾ ਹੈ ਬੋਡੀ ਸ਼ੇਪ ਬਣਾਉਣ ਦੇ ਉੱਪਰ 3 ਇੰਚ ਤੋਂ ਲੈ ਕੇ 9 ਇੰਚ ਤੱਕ ਜਿਹੜਾ ਤੁਹਾਡਾ ਨੈਕ ਤੋਂ ਲੈ ਕੇ ਨੈਕ ਹੋ ਗਿਆ ਚੈਸਟ ਹੋ ਗਿਆ ਅਬਡੋਮਿਨ ਹੋ ਗਿਆ ਥਾਈ ਹੋ ਗਿਆ ਹਿਪ ਹੋ ਗਿਆ ਨੀ ਹੋ ਗਿਆ ਸ਼ੋਲਡਰ ਹੋ ਗਿਆ ਇਹਨਾਂ ਸਾਰਿਆਂ ਨੂੰ ਇਨਕਲੂਡ ਕਰਕੇ ਆਫਟਰ ਜ਼ਰੋਨਾ ਜਿਹੜੀਆਂ 9 ਸੀਟਿੰਗ ਤੋਂ ਬਾਅਦ 3 ਇੰਚ ਤੋਂ ਲੈ ਕੇ 9 ਇੰਚ ਦਾ ਜਿਹੜਾ ਉਹ ਗੈਪ ਘਟ ਜਾਂਦਾ ਜਾਂ ਆਪਾਂ ਕਹਿ ਸਕਦੇ ਹਾਂ ਲੋਸ ਹੋ ਸਕਦਾ ਕੂਲ ਰੇਜ ਨੇ ਜੀ ਆਪਾਂ ਤਾਂ ਉਹਨੇ ਕਰਕੇ ਵੀ ਦਿਖਾਵਾਂਗੇ ਵੀ ਕਿਵੇਂ ਹੁੰਦੀਆਂ ਨੇ ਕੋਈ ਇਹਦੇ ਚ ਸਾਈਡ ਇਫੈਕਟ ਨਹੀਂ ਹੁੰਦਾ ਇਸ ਚੀਜ਼ ਦਾ ਤੇ ਡਾਕਟਰ ਸਾਹਿਬ ਡਿਸਾਈਡ ਕਰਦੇ ਨੇ ਵੀ ਕਿਹੜਾ ਟੈਸਟ ਇਹਨਾਂ ਦਾ ਕਰਵਾਉਣਾ ਹੈ ਕਿਹੜੇ ਕਿਹੜੇ ਟੈਸਟ ਹੋ ਸਕਦੇ ਨੇ ਕਿਹਦੀ ਲੋੜ ਹੈ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ ਵੀ ਇਹ ਕੂਲ ਰੇਜ ਹੁੰਦੀਆਂ ਨੇ ਇਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕੋਈ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੁੰਦੀ ਸੋ ਆਪਾਂ ਆਨ ਕਰਕੇ ਦੇਖਦੇ ਹਾਂ ਨੀਰੂ ਮੈਡਮ ਨੇ ਜੀ ਸਾਡੇ ਨਾਲ ਆਨ ਕਰਕੇ ਤੁਹਾਨੂੰ ਦਿਖਾਉਣਗੇ ਵੀ ਕਿਵੇਂ ਕੰਮ ਕਰਦੀ ਹੈ ਸੋ ਪਲੀਜ਼ ਅਸੀਂ ਐਨ ਟੈਸਟ ਕਰਕੇ ਲਾਉਂਦੇ ਕਿ ਇਹ ਲੇਜ਼ਰ ਥੈਰੇਪੀ ਹੁੰਦੀ ਹੈ ਹੋਰ ਕੋਈ ਇਹਦਾ ਇਫੈਕਟ ਨਹੀਂ ਹੁੰਦਾ ਲੇਜ਼ਰ ਕਰਕੇ ਅਸੀਂ ਐਨ ਲਾਉਂਦੇ ਹਾਂ ਸੋ ਆਪਾਂ ਚੈੱਕ ਕਰਕੇ ਦਿਖਾਉਂਦੇ ਹਾਂ ਤੁਹਾਨੂੰ ਚਾਲੂ ਕਰਕੇ ਦਿਖਾਉਂਦੇ ਹਾਂ ਕਿਵੇਂ ਕੰਮ ਕਰਦੀ ਹੈ ਬਾਕੀ ਉਸ ਤੋਂ ਬਾਅਦ ਦੱਸਦੇ ਹਾਂ ਕਿ ਰਿਜ਼ਲਟ ਕਿਵੇਂ ਆਉਂਦਾ ਜੀ ਸੋ ਆਓ ਨੀਰੂ ਮੈਮ ਪਹਿਲੇ ਅਸੀਂ ਪੇਸ਼ੈਂਟ ਦੀ ਅੱਖਾਂ ਦੇ ਉੱਤੇ ਗੋਗਲਸ ਲਗਾ ਦਿੰਦੇ ਆ ਗੋਗਲ ਇਸ ਕਰਕੇ ਲਾਈਆਂ ਜਾਂਦੀਆਂ ਨੇ ਕਿ ਇਹਦੀ ਕੂਲ ਰੇਜ ਹੁੰਦੀਆਂ ਜਿਹੜੀ ਆਪਾਂ ਛੋਟੇ ਛੋਟੇ ਬੱਚਿਆਂ ਦੇ ਹੱਥ ਵੀ ਟੌਰਚ ਦੇਖਦੇ ਨੇ ਵੀ ਅੱਖ ਤੇ ਰੇਜ ਨਾ ਵੱਜੇ ਇਸ ਕਰਕੇ ਗੋਗਲਸ ਲਾਈਆਂ ਜਾਂਦੀਆਂ ਨੇ ਤੇ ਆਪਣੀ ਅੱਖਾਂ ਦੇ ਵੀ ਅਸੀਂ ਗੋਗਲਸ ਲਗਾ ਕੇ ਇਹਨੂੰ ਚਲਾਉਂਦੇ ਆ ਸੋ ਉਸ ਤੋਂ ਬਾਅਦ ਸਟਾਰਟ ਕਰਨ ਲੱਗੇ ਜੀ ਸਟਾਰਟ ਹੋਊਗਾ ਜੀ ਇਹ ਲੇ ਜਾ ਰਹੇ ਹਾਂ ਜੀ ਇਹ ਰੇਂਜ ਆ ਰਹੀਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਸੈੱਟ ਕਰਨੀਆਂ ਨੇ ਇਹਦੇ ਉੱਪਰ ਇਹ ਸਰ ਸਕੇਲ ਦਿੱਤਾ ਗਿਆ ਵੀ ਬੋਡੀ ਤੋਂ ਕਿੰਨਾ ਉੱਪਰ ਰੱਖਣਾ ਹੈ ਇਹ 20 ਮਿੰਟ ਫਰੰਟ ਹੁੰਦੀਆਂ ਨੇ ਜੀ ਤੇ 20 ਮਿੰਟ ਬੈਕਸ ਹੁੰਦੀਆਂ ਨੇ 30 ਮਿੰਟ ਵੀ ਲਾ ਲਓ ਜਾਂ 30 ਮਿੰਟ ਬੈਕ 30 ਮਿੰਟ ਫਰੰਟ ਹੈ ਕੁਛ ਟਾਈਮ ਐਕਸਰਸਾਈਜ਼ ਦੇ ਵਿੱਚ ਹੁੰਦੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਪੇਸ਼ੈਂਟ ਆਰਾਮ ਨਾਲ ਪਿਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਕਿਸੇ ਤਰ੍ਹਾਂ ਦੀ ਹੋ ਰਹੀ ਕੂਲ ਰੇਜ ਜਿਹੜੀਆਂ ਨੇ ਆਪਣੀ ਚੱਲ ਰਹੀਆਂ ਨੇ ਉਹ ਆਪਣਾ ਕੰਮ ਕਰ ਰਹੀਆਂ ਨੇ ਸੋ ਇਹ ਉਹਨਾਂ ਵਾਸਤੇ ਹੈ ਕਿ ਜਿਹੜੇ ਮੋਟਾਪੇ ਨੂੰ ਜਾਂ ਬੋਡੀ ਸ਼ੇਪ ਬਣਾਉਣਾ ਚਾਹੁੰਦੇ ਨੇ ਇਹ ਮਾਡਲ ਬਹੁਤ ਕਰਾ ਰਹੇ ਨੇ ਕਿਉਂਕਿ ਮਾਡਲ ਆਪਣੀ ਬੋਡੀ ਸ਼ੇਪ ਨੂੰ ਬਹੁਤ ਮੇਨਟੇਨ ਕਰਦੇ ਨੇ ਸੋ ਇਹ ਟ੍ਰੀਟਮੈਂਟ ਉਹ ਵੀ ਕਰਵਾ ਰਹੇ ਨੇ ਸੋ ਇਹਦੇ ਵਿੱਚ ਥੋੜਾ ਖਾਣ ਪੀਣ ਦਾ ਵੀ ਪਰਹੇਜ਼ ਰੱਖਿਆ ਜਾਂਦਾ ਡਾਕਟਰ ਸਾਹਿਬ ਤੁਹਾਨੂੰ ਜਿਹੜੀ ਪ੍ਰੋਪਰ ਡਾਈਟ ਉਹ ਲਿਖ ਕੇ ਦਿੰਦੇ ਨੇ ਕਿਹੜੀ ਚੀਜ਼ ਖਾਣੀ ਕਿਹੜੀ ਅਵਾਇਡ ਕਰਨੀ ਹੈ ਉਹ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਕਿ ਉਸਨੂੰ ਅਵਾਇਡ ਕਰਕੇ ਰੱਖੇ ਤਾਂ ਜਿਹੜਾ ਬੋਡੀ ਸ਼ੇਪ ਬਣਿਆ ਹੋਇਆ ਤੁਹਾਡਾ ਇਹ ਰੈਗੂਲਰ ਚੱਲਦਾ ਕਈ ਵਾਰੀ ਕੀ ਹੁੰਦਾ ਕਿ ਪੇਸ਼ੈਂਟ ਸਾਡੇ ਕੋਲੋਂ ਜ਼ਰੋਨਾ ਵਗੈਰਾ ਕਰਵਾ ਜਾਂਦਾ ਹੈ ਬਾਅਦ ਚ ਕਹਿ ਦਿੰਦਾ ਨਹੀਂ ਜੀ ਮੈਂ ਤਾਂ ਜ਼ਰੋਨਾ ਕਰਵਾ ਕੇ ਆਇਆ ਹੁਣ ਜੋ ਮਰਜ਼ੀ ਖਾਈ ਜਾਓ ਨਹੀਂ ਜ਼ਰੋਨਾ ਕਰਵਾਉਣ ਤੋਂ ਬਾਅਦ ਵੀ ਤੁਹਾਨੂੰ ਕੋਈ ਚੀਜ਼ਾਂ ਦਾ ਪਰਹੇਜ਼ ਹੁੰਦਾ ਉਹ ਡਾਕਟਰ ਸਾਹਿਬ ਹੀ ਦੱਸਦੇ ਨੇ ਡਾਕਟਰ ਸਾਹਿਬ ਦੱਸਦੇ ਤੁਹਾਨੂੰ ਕਿਵੇਂ ਖਾਣਾ ਕੀ ਖਾਣਾ ਕੀ ਨਹੀਂ ਖਾਣਾ ਸੋ ਪੇਸ਼ੈਂਟ ਆਰਾਮ ਨਾਲ ਲੇਟਿਆ ਹੋਇਆ ਤੁਸੀਂ ਆਮ ਦੇਖ ਸਕਦੇ ਹੋ ਜੀ ਕੂਲ ਰੇਜ ਨੇ ਜੀ 9 ਸੀਟਿੰਗ ਵੀ ਹੁੰਦੀਆਂ ਨੇ ਕਈ ਵਾਰੀ ਪੇਸ਼ੈਂਟ ਚਾਹੁੰਦਾ ਕਿ ਮੈਂ ਬੋਡੀ ਸ਼ੇਪ ਹੋਰ ਇੰਚੀਸ ਲੋਸ ਕਰਨਾ ਹੈ ਜਿਵੇਂ ਤੁਹਾਨੂੰ ਦੱਸਿਆ ਵੀ 9 ਸੀਟਿੰਗ ਦੇ ਵਿੱਚ ਜਿਹੜੀਆਂ ਨੇ ਉਹ 3 ਇੰਚ ਤੋਂ ਲੈ ਕੇ 9 ਇੰਚ ਜਿਹੜਾ ਨੈਕ ਤੋਂ ਲੈ ਕੇ ਨੀਜ਼ ਤੱਕ ਘੱਟ ਹੁੰਦੀਆਂ ਨੇ ਸੋ ਜ਼ਿਆਦਾ ਵੀ ਕੋਈ ਬੋਡੀ ਸ਼ੇਪ ਬਣਾਉਣਾ ਚਾਹੁੰਦਾ ਇਹਦੀ ਸੀਟਿੰਗ ਜ਼ਿਆਦਾ ਲਈ ਜਾ ਸਕਦੀ ਹੈ ਕਿਉਂਕਿ ਇਹ ਨਹੀਂ ਹੈਗਾ ਵੀ ਇਹ ਇੱਕ ਵਾਰੀ ਕਰਵਾ ਲਈਏ ਵੀ ਦੁਬਾਰਾ ਅਸੀਂ 9 ਸੀਟਿੰਗ ਤੋਂ ਬਾਅਦ ਅੱਗੇ ਨਹੀਂ ਕਰਵਾ ਸਕਦੇ
ਤੁਸੀਂ 9 12 18 ਸੀਟੀ ਕਰਵਾ ਸਕਦੇ ਹੋ ਇਹਦੇ ਤੇ ਸੋ ਕੂਲ ਰੇਜ ਨੇ ਜੀ ਬਹੁਤ ਵਧੀਆ ਟ੍ਰੀਟਮੈਂਟ ਹੈ ਜੀ ਇਹ ਫ੍ਰੀ ਪ੍ਰਮਾਣਿਤ ਹੈ ਜੀ ਬਾਕੀ ਤੁਸੀਂ ਪੇਸ਼ੈਂਟ ਨੂੰ ਦੇਖ ਸਕਦੇ ਹੋ ਆਰਾਮ ਨਾਲ ਰੇਟੇ ਨੇ ਜੀ ਗੱਲਬਾਤ ਕਰ ਸਕਦੇ ਨੇ ਕੋਈ ਐਸੀ ਗੱਲ ਨਹੀਂ ਹੈ ਜੀ ਆਪਾਂ ਪੇਸ਼ੈਂਟ ਨੂੰ ਪੁੱਛਾਂਗੇ ਟ੍ਰੀਟਮੈਂਟ ਕਰਵਾਉਣ ਦੇ ਵਿੱਚ ਕੋਈ ਇਹਨਾਂ ਨੂੰ ਪ੍ਰੋਬਲਮ ਤਾਂ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਤਾਂ ਨਹੀਂ ਹੋ ਰਹੀ 30 ਮਿੰਟ ਇਹ ਟ੍ਰੀਟਮੈਂਟ ਹੁੰਦਾ ਜੀ 10 ਮਿੰਟ ਦੀ 15 ਮਿੰਟ ਦੀ ਐਕਸਰਸਾਈਜ਼ ਹੁੰਦੀ ਹੈ ਤੇ ਉਹਨਾਂ ਵਾਸਤੇ ਹੈ ਜੀ ਜਿਹੜੇ ਆਫਿਸ ਵਗੈਰਾ ਚ ਜੌਬ ਕਰਦੇ ਨੇ ਜਾਂ ਆਫਿਸ ਦਾ ਵਰਕ ਕਰਦੇ ਨੇ ਜਾਂ ਆਪਣਾ ਬਿਜ਼ਨਸ ਹੈ ਸੈਰ ਨਹੀਂ ਕਰ ਸਕਦੇ ਤੇ ਜ਼ਿਆਦਾ ਉਹਨਾਂ ਨੂੰ ਕੰਮ ਦਾ ਲੋਡ ਰਹਿੰਦਾ ਸਿਟਿੰਗ ਜੌਬ ਹੈ ਜਿਹਨਾਂ ਵਾਸਤੇ ਉਹਨਾਂ ਵਾਸਤੇ ਜ਼ਰੋਨਾ ਲੇਜ਼ਰ ਥੈਰੇਪੀ ਬਹੁਤ ਵਧੀਆ ਬੋਡੀ ਸ਼ੇਪ ਨੂੰ ਬਣਾਉਣ ਵਾਸਤੇ ਜ਼ਰੋਨਾ ਲੇਜ਼ਰ ਥੈਰੇਪੀ ਬਹੁਤ ਵਧੀਆ ਜੀ ਇਹ ਸਿਰਫ ਸੀਬੀਆ ਮੈਡੀਕਲ ਸੈਂਟਰ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਪਹਿਲੀ ਚੀਜ਼ ਸੀ ਜੀ FDA ਪ੍ਰਮਾਣਿਤ USA ਦੀ ਤਕਨੀਕ ਹੈ ਜੀ ਸਿਬੀਆ ਮੈਡੀਕਲ ਸੈਂਟਰ ਲੁਧਿਆਣਾ ਦੇ ਵਿੱਚ ਹੈ ਜੀ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਸਾਰਾ ਯੂਟਿਊਬ ਚੈਨਲ ਵੀ ਦੇਖ ਸਕਦੇ ਹੋ ਜੀ ਸਿਬੀਆ ਹਾਰਟ ਸੈਂਟਰ ਦੇ ਉੱਪਰ ਤੇ ਮੋਰ ਇਨਫੋਰਮੇਸ਼ਨ ਵਾਸਤੇ ਤੁਸੀਂ 9814034818 ਤੇ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ ਸੋ ਬਾਕੀ ਤੁਸੀਂ ਇਹਦੀ ਸਾਰੀ ਹਿਸਟਰੀ ਸਰਚ ਕਰ ਸਕਦੇ ਹੋ ਸਾਡਾ ਗੂਗਲ ਤੇ ਸਾਡਾ ਐਡਰੈਸ ਹੈਗਾ ਉਹਤੇ ਤੁਸੀਂ ਡਰੈਸ ਕਰ ਸਕਦੇ ਹੋ ਟੇਸਟ ਕਰ ਸਕਦੇ ਹੋ ਇਹਦੇ ਬਾਰੇ ਡਿਟੇਲ ਪੜ ਸਕਦੇ ਹੋ ਸੋ ਜਿਹਨੇ ਨਾਲ ਜ਼ਰੋਨਾ ਲੇਜ਼ਰ ਥੈਰੇਪੀ ਜਿਹੜੀ ਬੋਡੀ ਸ਼ੇਪ ਨੂੰ ਬਣਾਉਣ ਵਾਸਤੇ ਬਹੁਤ ਹੀ ਵਧੀਆ ਤੇ ਫਾਇਦੇਮੰਦ ਤਕਨੀਕ ਹੈ ਸੋ ਆਪਾਂ ਪੇਸ਼ੈਂਟ ਨਾਲ ਵੀ ਥੋੜੀ ਜਿਹੀ ਬਾਰ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਟ੍ਰੀਟਮੈਂਟ ਕਰਵਾਉਣ ਦੇ ਵਿੱਚ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਸੋ ਆਓ ਇਹ ਸਾਡੇ ਜ਼ਰੋਨਾ ਲੇਜ਼ਰ ਥੈਰੇਪੀ ਕਰਵਾ ਰਹੇ ਨੇ ਜੀ ਤੁਸੀਂ ਇਹ ਲੇਜ਼ਰ ਥੈਰੇਪੀ ਕਰਵਾ ਰਹੇ ਹੋ ਤੁਹਾਨੂੰ ਇਹ ਕਰਾਉਣ ਦੇ ਵਿੱਚ ਕੋਈ ਤਕਲੀਫ ਤਾਂ ਨਹੀਂ ਕਿਸੇ ਤਰ੍ਹਾਂ ਦੀ ਮਹਿਸੂਸ ਹੋ ਰਹੀ ਨਹੀਂ ਜੀ ਕਿਸੇ ਤਰ੍ਹਾਂ ਕੋਈ ਤਕਲੀਫ ਨਹੀਂ ਹੋ ਰਹੀ ਮੈਂ ਬਿਲਕੁਲ ਕੰਫਰਟੇਬਲ ਹਾਂ ਕੋਈ ਤਕਲੀਫ ਨਹੀਂ ਹੈ ਇਹਦੇ ਵਿੱਚ ਅਸੀਂ ਨਾ ਇਹਨਾਂ ਨੂੰ ਇੰਜੈਕਸ਼ਨ ਦਿੱਤਾ ਨਾ ਚੀਰ ਪਾੜ ਕੀਤਾ ਜੀ ਨਾ ਕੁਝ ਕੀਤਾ ਨੌਜਵਾਨਾਂ ਦੀ ਬੋਡੀ ਸ਼ੇਪ ਬਣਾਉਣੀ ਹੈ ਕਿੰਨਾ ਚਿਰ ਹੋ ਗਿਆ ਤੁਹਾਨੂੰ ਟ੍ਰੀਟਮੈਂਟ ਕਰਾਉਂਦਿਆਂ ਨੂੰ ਜੀ ਮੈਨੂੰ ਜੀ 6 ਦਿਨ ਹੋ ਗਏ 6 ਸੀਟਿੰਗ ਹੋ ਗਈਆਂ 6 ਸੀਟਿੰਗ ਹੋ ਗਈਆਂ ਤੁਹਾਨੂੰ ਕੁਝ ਲੱਗ ਰਿਹਾ ਇਹਦਾ ਫਾਇਦਾ ਲੱਗ ਰਿਹਾ ਹਾਂਜੀ ਇਫੈਕਟ ਤਾਂ ਕਾਫੀ ਅੱਗੇ ਨਾ ਬੋਡੀ ਨਾਲ ਮੇਰੀ ਕਾਫੀ ਇੰਪਰੂਵ ਹੋ ਚੁੱਕੀ ਹੈ ਮੇਰੀ ਬੋਡੀ ਔਰ ਮੈਨੂੰ ਆਪਣੇ ਆਪ ਹਲਕਾ ਜਿਹਾ ਮਹਿਸੂਸ ਹੋ ਰਿਹਾ ਜੀ ਔਰ ਅੱਗੇ ਤਾਂ ਬੋਡੀ ਸ਼ੇਪ ਚ ਵੀ ਆ ਰਹੀ ਹੈ ਕਈ ਵਾਰੀ ਪੇਸ਼ੈਂਟ ਡਰਦੇ ਨੇ ਵੀ ਪਤਾ ਨਹੀਂ ਉੱਥੇ ਜਾ ਕੇ ਕੀ ਕਰਨਗੇ ਕਈਆਂ ਦਾ ਟ੍ਰੀਟਮੈਂਟ ਹੈ ਉਹਨਾਂ ਵਾਸਤੇ ਨਹੀਂ ਨਹੀਂ ਕੋਈ ਡਰਨ ਵਾਲੀ ਕੋਈ ਗੱਲ ਹੀ ਨਹੀਂ ਦੇਖੋ ਮੈਂ ਕਰਾਈ ਗਿਆ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਟ੍ਰੀਟਮੈਂਟ ਵੀ ਕਰਾ ਰਿਹਾ ਕਿਸ ਤਰ੍ਹਾਂ ਦੀ ਕੋਈ ਤਕਲੀਫ ਵੀ ਨਹੀਂ ਸੋ ਦੋਸਤੋ ਇਹ ਸੀ ਵਿਜੇ ਜੀ ਜਿਹੜੇ ਕਿ ਟ੍ਰੀਟਮੈਂਟ ਕਰਵਾ ਰਹੇ ਨੇ ਜਿਨ੍ਹਾਂ ਨੇ ਦੱਸਿਆ ਕਿ ਟ੍ਰੀਟਮੈਂਟ ਕਰਾਉਣ ਦੇ ਵਿੱਚ ਕੋਈ ਤਕਲੀਫ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਸੋ ਇੱਕ ਵਾਰੀ ਸਿਬੀਆ ਮੈਡੀਕਲ ਸੈਂਟਰ ਜਾਣ ਕੇ ਤੁਸੀਂ ਜ਼ਰੋਨਾ ਲੇਜ਼ਰ ਥੈਰੇਪੀ ਬਾਰੇ ਜ਼ਰੂਰ ਜਿਹੜਾ ਮੋਟਾਪਾ ਘਟਾਉਣਾ ਚਾਹੁੰਦਾ ਹੈ ਬੋਡੀ ਸ਼ੇਪ ਬਣਾਉਣਾ ਚਾਹੁੰਦਾ ਇੱਕ ਵਾਰੀ ਡਾਕਟਰ ਸਾਹਿਬ ਨਾਲ ਜ਼ਰੂਰ ਕੰਟੈਕਟ ਕਰਿਓ ਜੀ ਸੋ ਸਾਡਾ ਚੈਨਲ ਯੂਟਿਊਬ ਹੈ ਜਿਹਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਅਸੀਂ ਵੀਡੀਓ ਲੈ ਕੇ ਆਵਾਂ ਕਰਾਂਗੇ ਜੀ ਸੋ ਸਾਰਿਆਂ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ